ਹੈਲੋ ਸਟੂਡੈਂਟਸ ਤੁਹਾਡਾ ਮੇਰੇ ਚੈਨਲ ਟੀਚਿੰਗ ਕ੍ਰੈਸ਼ ਤੇ ਸਵਾਗਤ ਹੈ ਬੱਚਿਓ ਅੱਜ ਜਿਹੜੀ ਅਸੀਂ ਈਟੀਟੀ 9594 ਦੇ ਬਾਰੇ ਜਿਹੜੀ ਗੱਲ ਕਰਾਂਗੇ ਕਿ ਉਹਦਾ ਰਿਜ਼ਲਟ ਜਿਹੜਾ ਕਦੋਂ ਆ ਸਕਦਾ ਹੈ ਤੇ ਈਟੀਟੀ 6835 ਦੀਆਂ ਜਿਹੜੀਆਂ ਲਿਸਟਾਂ ਨੇ ਉਹ ਕਦੋਂ ਤੱਕ ਆ ਸਕਦੀਆਂ ਹਨ ਸਭ ਤੋਂ ਪਹਿਲਾਂ ਬੱਚਿਓ ਜੇਕਰ ਤੁਸੀਂ ਮੇਰੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕੀਤਾ ਹੈ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਵੋ ਤਾਂ ਬੱਚਿਓ ਜਿਵੇਂ ਕਿ ਤੁਸੀਂ ਦੇਖ ਹੀ ਲਿਆ ਹੋਊਗਾ ਕਿ ETT 9894 ਦਾ ਜਿਹੜਾ ਰਿਜ਼ਲਟ ਹੈ ਸਾਨੂੰ ਸਿੱਖਿਆ ਮੰਤਰੀ ਜੀ ਵੱਲੋਂ ਜਿਹੜਾ ਬਾਰ-ਬਾਰ ਬਿਆਨ ਹੈ ਜਿਹੜਾ ਉਹ ਆ ਰਿਹਾ ਹੈ ਕਿ ਉਹ ਸਾਡਾ ਰਿਜ਼ਲਟ ਹੈ ਜਿਹੜਾ ਉਹ ਇਸ April ਮਹੀਨੇ ਦੀ 31st April ਤੋਂ ਪਹਿਲਾਂ-ਪਹਿਲਾਂ ਜਿਹੜਾ ਸਾਡਾ ਰਿਜ਼ਲਟ ਹੈ ਉਹ ਸਾਨੂੰ ਦੇ ਸਕਦੇ ਹਨ ਤਾਂ ਬੱਚਿਓ ਜਿਹੜਾ ਓਬਜੈਕਸ਼ਨ ਲਗਾਉਣ ਦਾ ਸਮਾਂ ਸੀਗਾ ਉਹ ਸਾਨੂੰ 13 April ਦਿੱਤਾ ਗਿਆ ਸੀ ਤੇ ਜਿਹੜਾ ਉਹ ਕੰਪਲੀਟ ਹੋ ਚੁੱਕਿਆ ਹੈ ਤਾਂ ਬੱਚਿਓ ਹੁਣ ਜਿਹੜੀ ਸਾਡੀ ਰਿਵਾਈਜ਼ ਚ ਸਭ ਤੋਂ ਪਹਿਲਾਂ ਰਿਵਾਈਜ਼ ਜਿਹੜੀ ਅਨਸਰ ਕੀ ਆਊਗੀ ਤੇ ਉਸ ਤੋਂ ਬਾਅਦ ਹੈ ਜਿਹੜਾ ਸਾਡਾ ਜਿਹੜਾ ਰਿਜ਼ਲਟ ਹੈ ਉਹ ਅਨਾਉਂਸ ਹੋਊਗਾ ਤਾਂ ਬੱਚਿਓ ਸਾਨੂੰ ਪੂਰੀ ਪੂਰੀ ਉਮੀਦ ਹੈ ਕਿ ਜਿਹੜਾ ਸਾਡਾ ਰਿਜ਼ਲਟ ਹੈ ਉਹ 31st April ਤੱਕ ਹੈ ਜਿਹੜਾ ਉਹ ਹੈ ਜਿਹੜਾ ਸਾਡਾ ਰਿਜ਼ਲਟ ਹੈ ਜਿਹੜਾ ਆ ਸਕਦਾ ਹੈ ਤਾਂ ETT ਜਿਹੜੀ 635 ਜਿਹੜੀ ਲਿਸਟਾਂ ਨੇ ਉਹ ਸਾਡੀਆਂ ਜਿਹੜੀਆਂ ਰਿਜ਼ਲਟ ਦੇ ਆਸ-ਪਾਸ ਹੈ ਜਿਹੜੀਆਂ ਉਹਨਾਂ ਦੀਆਂ ਲਿਸਟਾਂ ਵੀ ਆ ਸਕਦੀਆਂ ਹਨ ਕਿਉਂਕਿ ਸਿੱਖਿਆ ਮੰਤਰੀ ਜੀ ਨੇ ਮੀਟਿੰਗ ਦੇ ਵਿੱਚ ਵੀ ਸਾਨੂੰ ਦੱਸਿਆ ਸੀ ਕਿ ਜਿਹੜਾ ਸਾਡੀ 635 ਦੀਆਂ ਲਿਸਟਾਂ ਹੈ ਜਿਹੜੀ ਉਹਨਾਂ ਦੀ ਜਿਹੜੀ ਤਿਆਰੀ ਹੈ ਉਹ ਚੱਲ ਰਹੀ ਹੈ ਤੇ ਉਹ ਵੈਸੇ ਤਾਂ ਉਹਨਾਂ ਨੇ ਕਿਹਾ ਸੀਗਾ ਵੀ 2 ਜਾਂ 4 ਦਿਨਾਂ ਤੱਕ ਉਹ ਜਿਹੜੀ ਉਹ ਲਿਸਟਾਂ ਪਾ ਦੇਣਗੇ ਪਰ ਉਹਨਾਂ ਨੇ ਹਲੇ ਤੱਕ ਤਾਂ ਨਹੀਂ ਪਾਈਆਂ ਪਰ ਸਾਨੂੰ ਪੂਰੀ ਉਮੀਦ ਹੈ ਕਿ ਉਹ ਜਿਹੜੀ 30 ਇਸ April ਮਹੀਨੇ ਦੇ ਵਿੱਚ ਜਿਹੜੇ ਇਸ ਅਪ੍ਰੈਲ ਮਹੀਨੇ ਦੇ ਜਿਹੜੇ ਲਾਸਟ ਤੱਕ ਹੈ ਜਿਹੜੀ ਉਹਨਾਂ ਦੀ ਲਿਸਟਾਂ ਵੀ ਉਹ ਪੈ ਜਾਣਗੀਆਂ ਤੇ ਬੱਚਿਓ ਇੱਕ ਹੋਰ ਹੈ ਜਿਹੜੀ ਮੰਦਭਾਗੀ ਖਬਰ ਹੈ ਜਿਹੜੀ ਸਾਡੀ ਹੀ 3594 ਟੀਚਰਾਂ ਦੇ ਲਈ ਜਿਹੜੇ ਸਾਡੇ ਦੋ ਟੀਚਰ ਹੈ ਜਿਹੜੀ ਉਹਨਾਂ ਦੇ ਖਿਲਾਫ ਹੈ ਜਿਹੜੀ ਸਰਕਾਰ ਨੇ ਨੋਟਿਸ ਜਿਹੜੇ ਭੇਜੇ ਨੇ ਉਹ ਬੜੇ ਦੁਖਦਾਈ ਗੱਲ ਹੈ ਕਿ ਸਰਕਾਰ ਨੂੰ ਸਾਡੇ ਇਹ ਜਿਹੇ ਟੀਚਰਾਂ ਨਾਲ ਸਾਡੇ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ ਸੀਗਾ ਕਿਉਂ ਕਿਉਂ ਸਾਡਾ ਹੱਕ ਵੀ ਹੈ ਜਿਹੜਾ ਸਾਨੂੰ ਸਾਡੇ ਹੱਕ ਹੈ ਜਿਹੜਾ ਸਾਡਾ ਉਹ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ ਜਦੋਂ ਤੱਕ ਅਸੀਂ ਧਰਨਾ ਨਹੀਂ ਲਾਵਾਂਗੇ ਤਾਂ ਸਰਕਾਰ ਹੈ ਜਿਹੜੀ ਉਹ ਸਾਡਾ ਰਿਜ਼ਲਟ ਹੈ ਜਿਹੜਾ ਨਹੀਂ ਕੱਢੇਗੀ ਤਾਂ ਸਰਕਾਰ ਨੇ ਜਿਹੜਾ ਇਹ ਬਹੁਤ ਜਿਹੜਾ ਮਾੜਾ ਕੰਮ ਕੀਤਾ ਹੈ ਕਿ ਉਹਨਾਂ ਪ੍ਰਤੀ ਜਿਹੜਾ ਉਹਨਾਂ ਨੇ ਨੋਟਿਸ ਜਾਰੀ ਕੀਤਾ ਹੈ ਉਹਨਾਂ ਨੇ ਪਰ ਨੋਟਿਸ ਜਾਰੀ ਕਰਦੇ ਹੋਏ ਇੱਕ ਹੋਰ ਗਲਤੀ ਕੀਤੀ ਹੈ ਕਿ ਜਿਹੜੇ ਨੋਟਿਸ ਸੀਗਾ ਇੱਕ ਉਹ ਵਿਅਕਤੀ ਹੈ ਜਿਹੜਾ ਉੱਥੇ ਪ੍ਰੈਜ਼ెంట్ ਨਹੀਂ ਸੀਗਾ ਟੀਚਰ ਹੈ ਜਿਹੜਾ ਸਾਡਾ ਨਹੀਂ ਪ੍ਰੈਜ਼ెంట్ ਸੀਗਾ ਉਹਦੇ ਖਿਲਾਫ ਵੀ ਹੈ ਜਿਹੜਾ ਉਹਨਾਂ ਨੇ ਨੋਟਿਸ ਜਿਹੜਾ ਜਾਰੀ ਕੀਤਾ ਹੈ ਤਾਂ ਸਰਕਾਰ ਨੂੰ ਜਿਹੜਾ ਇਹ ਨੋਟਿਸ ਦਿੱਤਾ ਹੈ ਉਹਨਾਂ ਨੇ ਉਹ ਹੈ ਜਿਹੜਾ ਉਹਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ ਕਿਉਂਕਿ ਸਾਨੂੰ ਧਰਨਾ ਲਗਾਉਣ ਤੋਂ ਸਾਨੂੰ ਕੋਈ ਵੀ ਜਿਹੜਾ ਉਹ ਰੋਕ ਨਹੀਂ ਸਕਦਾ ਤਾਂ ਬੱਚਿਓ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਜੇਕਰ ਤੁਸੀਂ ਮੇਰੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕੀਤਾ ਹੈ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਵੋ ਤਾਂ ਕਿ ਜੋ ਵੀ 889946835 ਜਾਂ 2364 ਪੋਸਟਾਂ ਬਾਰੇ ਜੋ ਵੀ ਕੋਈ ਅਪਡੇਟ ਆਉਂਦੀ ਹੈ ਤੁਹਾਨੂੰ ਸਭ ਤੋਂ ਪਹਿਲਾਂ ਇਸ ਚੈਨਲ ਤੋਂ ਮਿਲ ਸਕੇ ਥੈਂਕ ਯੂ ਸਟੂਡੈਂਟਸ